ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਵੈਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਔਰ ਦੇਖਿਆ ਜਾਣ ਵਾਲਾ ਰੇਡੀਓ ਸਟੇਸ਼ਨ। ਮੈਂ ਕਹਾਂਗਾ ਕਿ ਸਪਨਾ ਸੰਗਤਾਂ ਨੂੰ ਪਹਿਲੇ ਤਾਂ ਬਾਬਾ ਗੁਰੂ ਨਾਨਕ ਸਾਹਿਬ ਦੇ ਜਨਮ ਪੁਰਬ ਦੀ ਜਿਹੜੀ ਹੈ ਬਹੁਤ ਬਹੁਤ ਵਧਾਈ ਹੋਵੇ, ਔਰ ਉਸ ਤੋਂ ਬਾਅਦ ਇੱਕ ਹੋਰ ਨਵੀਂ ਖੁਸ਼ਖਬਰੀ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਜਿਹੜੀ ਆਵਾਜ਼ ਚੁੱਕੀ ਸੀ ਦੋ ਦੇਸ਼ਾਂ ਦੇ ਕ੍ਰਿਕਟ ਵਾਲਿਆਂ ਨੇ, ਸਮਝ ਲਓ ਨਵਜੀਤ ਸਿੰਘ ਸਿੱਧੂ ਔਰ ਸਾਡੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ, ਮੈਂ ਕਹਾਂਗਾ ਕਿ ਦੋਵਾਂ ਨੇ ਦੋਸਤ ਹੋਣ ਦਾ ਹੱਕ ਅਦਾ ਕਰ ਦਿੱਤਾ। ਨਵਜੋਤ ਸਿੰਘ ਸਿੱਧੂ ਜੀ ਨੇ ਜਦੋਂ ਪਾਕਿਸਤਾਨ ਆਏ, ਜਦੋਂ ਪ੍ਰਾਈਮ ਮਿਨਿਸਟਰ ਦੀ ਉਸ ਟ੍ਰੈਕਿੰਗ ਸੀ ਅਤੇ ਉੱਥੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਹੋਈ ਦਰਬਾਰ ਸਾਹਿਬ ਕਰਤਾਰਪੁਰ ਲਾਂਘੇ ਬਾਰੇ, ਮੈਂ ਕਹਾਂਗਾ ਕਿ ਅਮੇਜ਼ਿੰਗ। ਜੀ, ਯਕੀਨ ਦਹਾਨੀ ਕਰਾਈ ਗਈ ਸੀ ਕਿ ਪਾਕਿਸਤਾਨ ਆਪਣੀ ਪੂਰੀ ਭਰਪੂਰ ਕੋਸ਼ਿਸ਼ ਕਰੇਗਾ ਦਰਬਾਰ ਸਾਹਿਬ ਕਰਤਾਰਪੁਰ ਲਾਂਘੇ ਦੇ ਬਾਰੇ 'ਚ ਮਈਅਰਮੈਂਟ ਹੋ ਗਈ ਹੈ। ਇਹ ਜਿਹੜੀਆਂ ਲੱਗੀਆਂ ਹੋਈਆਂ ਫਲੈਗਸ ਜਿਹੜੇ ਨੇ ਇਹ ਤੁਹਾਨੂੰ ਦੱਸ ਰਹੇ ਨੇ ਕਿ ਵੀ ਇਹ ਫਲੈਗਸ ਕਿਸ ਵਾਸਤੇ ਲੱਗੇ ਨੇ, ਇਹ ਰੋਡ ਦੀ ਮਈਅਰਮੈਂਟ ਵਾਸਤੇ ਲੱਗੇ ਨੇ ਕਿ ਰੋਡ ਦੀ ਲੰਬਾਈ ਚੌੜਾਈ ਜਿਹੜੀ ਹੈ ਉਹ ਕਿੰਨੀ ਕਰਨੀ ਹੈ। ਇੰਡੀਅਨ ਸਰਕਾਰ ਨੇ ਥੋੜ੍ਹਾ ਜਿਹਾ ਦੇਰ ਨਾਲ ਜਵਾਬ ਦਿੱਤਾ, ਲੇਕਿਨ ਚਲੋ ਅਸੀਂ ਕਹਿੰਦੇ ਹਾਂ ਖੈਰ ਮਕਦਮ ਕਰਦੇ ਹਾਂ ਇਸ ਚੀਜ਼ ਦਾ ਕਿ ਜੀਆਂ ਨੂੰ ਵੀ ਕਹਿੰਦੇ ਹਾਂ ਕਿ ਦੇਰ ਆਏ ਦਰੁਸਤ ਆਏ, ਥੋੜ੍ਹਾ ਜਿੰਨਾ ਸੋਚਿਆ ਥੋੜ੍ਹਾ ਜਿੰਨਾ ਬੁਝਿਆ ਔਰ ਉਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਬਹੁਤ ਪਿਆਰੀ ਆਈ ਹੈ ਕਿ ਇੰਡੀਅਨ ਸਰਕਾਰ ਜਿਹੜੀ ਹੈ ਉਹਨਾਂ ਨੇ ਵੀ ਹਾਮੀ ਭਰੀ ਹੈ ਔਰ ਦਰਬਾਰ ਸਾਹਿਬ ਕਰਤਾਰਪੁਰ ਦੇ ਲਾਂਘੇ ਬਾਰੇ ਜਿਹੜਾ ਉਹ ਵੀ ਇੰਟਰਸਟਿਡ ਹੋਏ ਨੇ ਔਰ ਉਹਨਾਂ ਨੇ ਪਰਮਿਸ਼ਨ ਦੇਣ ਦਾ ਫੈਸਲਾ ਕੀਤਾ ਔਰ ਦੋਵੇਂ ਸਰਕਾਰਾਂ ਮਿਲ ਕੇ ਮੈਂ ਕਹਾਂਗਾ ਕਿ 3 ਕਰੋੜ ਜਿਹੜੀ ਸਿੱਖ ਸੰਗਤ ਹੈ ਜਿਨ੍ਹਾਂ ਦਾ ਦਿਲ ਧੜਕਦਾ ਹੈ ਇਸ ਪਿੱਛੇ ਦਰਬਾਰ ਸਾਹਿਬ ਵਾਸਤੇ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਕਿਰਤ ਕੀਤੀ ਸਾਢੇ 18 ਸਾਲ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਨੇ ਕਿਰਤ ਕੀਤੀ, ਆਪਣੇ ਹੱਥੀਂ ਵਾਹੀ ਬੀਜੀ ਕੀਤੀ, ਇਹੀ ਖੇਤਾਂ ਨੂੰ ਪਾਣੀ ਲਾਇਆ ਔਰ ਇਸ ਜਗ੍ਹਾ ਦੇ ਉੱਤੇ ਦੁਨੀਆਂ ਨੂੰ 3 ਮੈਸੇਜ ਦਿੱਤੇ ਸੀ, ਨਾਮ ਜਪੋ, ਕਿਰਤ ਕਰੋ ਔਰ ਵੰਡ ਛਕੋ। ਪਹਿਲੇ ਦਾ ਮਤਲਬ ਬਣਦਾ ਹੈ ਜੀ ਕਿ ਹਰ ਵਕਤ ਰੱਬ ਦੀ ਹਸਤੀ ਨੂੰ ਯਾਦ ਕਰੋ, ਜਿਸ ਹਾਲ 'ਚ ਵੀ ਹੋ ਤੁਸੀਂ ਰੱਬ ਨੂੰ ਯਾਦ ਰੱਖੋ। ਦੂਸਰਾ ਮੈਸੇਜ ਸੀ ਕਿਰਤ ਕਰਨ ਦਾ, ਕਿਰਤ ਕਰਨ ਯਾਨੀ ਕਿ ਆਪਣੇ ਹੱਥ ਦੀ ਕਰਕੇ ਖਾਣੀ, ਕਿਉਂਕਿ ਜਦੋਂ ਨਾਥਪੰਥੀਆਂ ਕੋਲੋਂ ਚੌਥੀ ਉਦਾਸੀ ਕੱਟ ਕੇ ਬਗਦਾਦ ਤੋਂ ਵਾਪਸੀ ਤੇ ਟਿੱਲਾ ਜੋਗੀਆਂ ਦੇ ਕੋਲ ਆਏ, ਉੱਥੇ ਨਾਥਪੰਥੀਆਂ ਨੂੰ ਜਦੋਂ ਮੈਸੇਜ ਦਿੱਤਾ ਤੇ ਉੱਥੇ ਸਿੱਧ ਗੋਸ਼ਟੀ ਹੋਈ, ਸਿੱਧ ਨਾਥ ਬਾਲਨਾਥ ਨਾਲ ਗੱਲ ਹੋਈ, ਲੇਕਿਨ ਉਹ ਇਸ ਚੀਜ਼ ਤੋਂ ਮੰਨਣ ਵਾਸਤੇ ਤਿਆਰ ਨਹੀਂ ਸੀ। ਬਾਬਾ ਜੀ ਖਾਮੋਸ਼ੀ ਨਾਲ ਢਿੱਲੇ ਤੋਂ ਥੱਲੇ ਲੱਥੇ, ਚਵਾ ਬਾਬਾ ਗੁਰੂ ਨਾਨਕ ਸਾਹਿਬ ਤੇ ਆ ਕੇ ਬੈਠੇ, ਉੱਥੇ ਉਹਨਾਂ ਦਾ ਇੱਕ ਕ੍ਰਿਸ਼ਮਾ ਹੋਇਆ ਜਿੱਥੋਂ ਅਮਰ ਕੁੰਡ ਜਾਰੀ ਹੋਇਆ, ਫਿਰ ਉਸ ਤੋਂ ਬਾਅਦ ਜਦੋਂ ਨਿਕਲਦੇ ਨੇ ਰਸਤੇ ਦੇ ਵਿੱਚ ਬਾਬੇ ਦੀ ਬੇਰੀ ਆ ਕੇ ਬੈਠਦੇ ਨੇ, ਫਿਰ ਉਸ ਤੋਂ ਬਾਅਦ ਆਉਂਦੇ ਨੇ ਤੇ ਦਿਓਕਾ ਆ ਕੇ ਬੈਠਦੇ ਨੇ, ਦਿਓਕੇ ਤੋਂ ਅੱਗੇ ਆਉਂਦੇ ਨੇ ਤੇ ਫਿਰ ਹੋਰ ਗੁਰਦੁਆਰਾ ਸਾਹਿਬ ਜਿਹੜੇ ਪਹਿਲੀ ਪਾਤਸ਼ਾਹੀ ਦੇ ਨੇ ਉਸ ਜਗ੍ਹਾ ਦੇ ਉੱਤੇ ਆ ਕੇ ਠਹਿਰਦੇ ਨੇ। ਮੈਂ ਕਹਾਂਗਾ ਕਿ ਕਮਾਲ ਹਿਸਟਰੀ ਦੇ ਜਿਹੜੇ ਫੈਕਟਸ ਨੇ ਪਾਕਿਸਤਾਨ ਦੀ, ਇਹ ਮੈਂ ਕਹਾਂਗਾ ਕਿ ਅਗਰ ਇਸ ਸਾਈਡ ਤੁਸੀਂ ਲਾਹੌਰ ਵਾਲੀ ਸਾਈਡ ਤੋਂ ਦੇਖਦੇ ਹਾਂ ਤਾਂ ਫਿਰ ਤਾਂ ਈਸਟ ਜਿਹੜਾ ਸਾਊਥ ਬਣਦਾ ਇਹਦਾ, ਲੇਕਿਨ ਅਗਰ ਅਸੀਂ ਦੇਖਦੇ ਹਾਂ ਇਸਲਾਮਾਬਾਦ ਤੋਂ ਦੇਖਾਂਗੇ ਤਾਂ ਫਿਰ ਸਾਊਥ ਸਾਈਡ ਹੀ ਬਣੇਗੀ ਇਹਦੀ, ਔਰ ਬਿਲਕੁਲ ਅਸੀਂ ਇਸ ਵੇਲੇ ਤਕਰੀਬਨ 3 ਤੋਂ 3.5 ਕਿਲੋਮੀਟਰ ਦੂਰ ਜਿਹੜਾ ਹੈ ਡੇਰਾ ਬਾਬਾ ਗੁਰੂ ਨਾਨਕ ਤੇ ਹਾਂ, ਔਰ ਸਾਡੇ ਪਿੱਛੇ ਦਰਬਾਰ ਸਾਹਿਬ ਕਰਤਾਰਪੁਰ ਹੈ ਜਿਹਦੀ ਮੈਂ ਪੂਰੀ ਹਿਸਟਰੀ ਦੱਸੀ ਹੈ ਕਿ ਬਾਬਾ ਗੁਰੂ ਨਾਨਕ ਸਾਹਿਬ ਆਪਣੀ ਚੌਥੀ ਉਦਾਸੀ ਕੱਟਣ ਤੋਂ ਬਾਅਦ 18.5 ਸਾਲ ਜਿਹੜੇ ਆ ਕੇ ਇੱਥੇ ਗੁਜ਼ਾਰੇ, ਔਰ ਇੱਥੇ ਦੀ ਪਾਸ ਕੋਲ ਕੋਲ ਦੀ ਜਿਹੜੀ ਖੇਤੀ ਹੈ ਉਹਨਾਂ ਨੇ ਸੈਰਾਬ ਕੀਤੀ, ਔਰ ਇਹ ਨਾਲ ਹੀ ਸਾਡੇ ਨਾਲਾ ਬਈ ਵਗਦਾ, ਨਾਲਾ ਬਈ ਦੀ ਵੀ ਇੱਕ ਹਿਸਟਰੀ ਹੈ ਜੀ, ਆਓ ਤੁਹਾਨੂੰ ਉਹਦੇ ਨਾਲ ਵੀ ਰੋਸ਼ਨਾਸ ਕਰਵਾਉਂਦੇ ਹਾਂ ਕਿ ਨਾਲਾ ਬਈ ਦੇ ਮੁਤਲਕ ਕਿਹਾ ਜਾਂਦਾ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਬਕਾਇਦਾ ਤੌਰ ਤੇ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕੀਤੇ ਸਨ। ਇਹ ਉਹ ਕਹਿ ਲਵੋ ਤੁਸੀਂ ਕਿ ਨਾਲਾ ਹੈ ਜਿਹੜੇ ਕਿ ਮੈਂ ਤੁਹਾਨੂੰ ਅਕਸਰ ਜ਼ਿਕਰ ਕਰਦਾ ਰਹਿੰਦਾ, ਪੰਜਾਬ ਦੇ ਵਿੱਚ ਪਾਕਿਸਤਾਨੀ ਪੰਜਾਬ ਦੇ ਵਿੱਚ 5 ਨਾਲੇ ਵਗਦੇ ਨੇ, ਨਾਲਾ ਬਹੀ, ਨਾਲਾ ਬਸੰਤਰ, ਨਾਲਾ ਏਕ, ਨਾਲਾ ਡੇਕ, ਨਾਲਾ ਪਲਖੂ, ਠੀਕ ਹੈ ਜੀ। ਇਹ 5 ਨਾਲੇ ਜਿਹੜੇ ਨੇ ਇਹ ਵਗਦੇ ਨੇ ਔਰ ਸਾਰੇ ਦੇ ਸਾਰੇ ਜਿਹੜੇ ਨੇ ਜੰਮੂ ਤੋਂ ਆਉਂਦੇ ਨੇ, ਕਸ਼ਮੀਰ ਤੋਂ ਆਉਂਦੇ ਨੇ, ਔਰ ਇਹਨਾਂ ਦਾ ਐਂਡ ਜਿਹੜਾ ਜਾ ਕੇ ਇੱਕ ਕੋਈ ਚਨਾਬ 'ਚ ਜਾ ਕੇ ਰਲ ਜਾਂਦਾ ਔਰ ਕੋਈ ਜਾ ਕੇ ਰਲਦਾ ਕਿੱਥੇ, ਕੋਈ ਜਾ ਕੇ ਰਲ ਜਾਂਦਾ ਰਾਵੀ ਦੇ ਅੰਦਰ। ਦੇਖੋ ਜੀ 2-3 ਨਾਲੇ ਤੇ ਰਾਵੀ ਦੇ ਵਿੱਚ ਆ ਕੇ ਡਿੱਗ ਪੈਂਦੇ ਨੇ, ਉਹਨਾਂ ਦੇ ਵਿੱਚੋਂ ਇੱਕ ਪਲਖੂ ਜਿਹੜਾ ਉਹ ਔਰ ਇੱਕ ਜਿਹੜਾ ਰਸਤੇ ਦੇ ਵਿੱਚ ਹੀ ਖਤਮ ਹੋ ਜਾਂਦਾ, ਕਿਉਂਕਿ ਮੈਂ ਖੈਰ ਇੰਡੀਅਨ ਸਾਈਡ ਦੇ ਉੱਤੇ ਬਹੁਤ ਜ਼ਿਆਦਾ ਸਾਰੇ ਜਿਹੜੇ ਨੇ ਛੋਟੇ ਛੋਟੇ ਸਮਾਲ ਡੈਮਸ ਬਣਾਏ ਗਏ ਨੇ, ਆਖਿਰ ਉਹ ਰਸਤਾ, ਉਹ ਘੜੀਆਂ, ਉਹ ਪਲ ਜਿਹੜੇ ਨੇ ਮਈਅਰਮੈਂਟ ਹੁੰਦੀ ਨਜ਼ਰ ਆ ਰਹੀ ਹੈ ਕਿ ਗਵਰਨਮੈਂਟ ਆਫ ਪਾਕਿਸਤਾਨ ਔਰ ਗੁਆਂਢੀਆਂ ਵੱਲੋਂ ਕੀਤਾ ਗਿਆ ਜਿਹੜਾ ਉਪਰਾਲਾ ਹੈ ਉਹ ਇਹ ਰਸਤਾ ਹੈ ਜੀ। ਇਹ ਹੈ ਜੀ ਦਰਬਾਰ ਸਾਹਿਬ ਕਰਤਾਰਪੁਰ ਦਾ ਕੋਰੀਡੋਰ। ਮੈਂ ਕਹਾਂਗਾ ਕਿ ਜਗਤ ਸੰਗਤ ਨੂੰ ਲੱਖਾਂ ਲੱਖ ਵਧਾਈਆਂ ਇਸ ਚੀਜ਼ ਦੀਆਂ
ਕਿ ਜਿਹੜੇ ਮੈਂ ਕਹਾਂਗਾ ਦੁਨੀਆਂ ਦੇ ਵਿੱਚ 3 ਕਰੋੜ ਨਾਨਕ ਨਾਮ ਲੇਵਾਂ ਨੇ ਉਹਨਾਂ ਵਾਸਤੇ ਇਸ ਤੋਂ ਜ਼ਿਆਦਾ ਕੋਈ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ। ਫਿਲਹਾਲ ਹੈ ਨਾਲਾ ਬਈ ਨੂੰ ਪਾਰ ਕਰਨ ਵਾਸਤੇ ਇਹ ਇੱਕ ਬੇੜਾ ਰੱਖਿਆ ਗਿਆ, ਇਸ ਬੇੜੇ ਤੋਂ ਕ੍ਰੋਸ ਕੀਤਾ ਜਾਂਦਾ। ਅਸੀਂ ਜਿਸ ਪਾਸੇ ਮੂਵ ਕਰ ਰਹੇ ਹਾਂ ਇਸ ਪਾਸੇ ਡੇਰਾ ਬਾਬਾ ਗੁਰੂ ਨਾਨਕ ਹੈ, ਔਰ ਇਹ ਪਿਛਲੀ ਸਾਈਡ ਦੇ ਉੱਤੇ ਤੁਸੀਂ ਦੇਖੋ ਤੇ ਦਰਬਾਰ ਸਾਹਿਬ ਕਰਤਾਰਪੁਰ ਹੈ। ਇਹ ਸਾਰਾ ਦਾ ਸਾਰਾ ਉਪਰਾਲਾ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਤੋਂ, ਔਰ ਪਲੀਜ਼ ਦਿਸ ਵੀਡੀਓ ਇਜ਼ ਪ੍ਰੋਪਰਟੀ ਆਫ ਰੇਡੀਓ ਸਾਡੇ ਵਾਲਾ, ਡੋਂਟ ਬੀ ਡਾਊਨਲੋਡ ਐਂਡ ਸ਼ੇਅਰ ਔਨ ਦੇਅਰ ਪੇਜਿਸ ਵਿਦਆਊਟ ਆਫ ਐਨੀ ਪਰਮਿਸ਼ਨ। ਇਫ ਐਨੀਵਨ ਡੂ ਦਿਸ ਥਿੰਗ ਵੀ ਵਿਲ ਬੀ ਟੇਕ ਅ ਐਕਸ਼ਨ ਐਜ ਦਾ ਰੂਲ ਆਫ ਪ੍ਰਾਈਵੇਸੀ। ਹਾਂਜੀ ਜੀ, ਇਹ ਉਹ ਜਗ੍ਹਾ ਹੈ, ਇੱਥੋਂ ਜਾ ਕੇ ਰਸਤਾ ਉੱਤੇ ਚੜ੍ਹਨਾ ਹੈ, ਔਰ ਤੁਸੀਂ ਦੇਖੋ ਕਿ ਸੰਗਤਾਂ ਨੂੰ ਮੇਰਾ ਖਿਆਲ ਹੈ ਕਿ ਥੋੜ੍ਹਾ ਜਿੰਨਾ ਦਿਖਾਇਆ ਵੀ ਗਿਆ ਔਰ ਦੱਸਿਆ ਵੀ ਗਿਆ ਕਿ ਵੀ ਇਸ ਜਗ੍ਹਾ ਦੇ ਉੱਤੋਂ ਇਹ ਜਿਹੜੀ ਮਾਰਕਿੰਗ ਹੈ, ਡਿਮਾਰਕੇਸ਼ਨ ਜਿਹੜੀ ਕੀਤੀ ਗਈ ਹੈ ਰਸਤੇ ਦੀ, ਉਹ ਇਸ ਤਰੀਕੇ ਨਾਲ ਇੱਥੋਂ ਚੱਲੇਗੀ। ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਕੋਰੀਡੋਰ ਔਰ ਲਾਂਘਾ ਜਿਹਨੂੰ ਕਿਹਾ ਜਾਂਦਾ। ਲਓ ਜੀ, ਅਸੀਂ ਬੇੜੀ ਦੇ ਵਿੱਚ ਸਵਾਰ ਹੋ ਕੇ ਤੇ ਰਾਣਾ ਇੱਕ ਮਿੰਟ ਯਾਰ, ਬੰਦਾ ਕੀ ਕਰ ਰਿਹਾ ਤੂੰ? ਹਾਂਜੀ ਜੀ, ਇਹ ਹੈ ਜੀ ਨਾਲਾ ਬਹੀਂ। ਅੱਜ ਵੀ ਇਹਦਾ ਪਾਣੀ ਜਿਹੜਾ ਬਿਲਕੁਲ ਸਾਫ਼ ਹੈ, ਕੋਈ ਡਰੇਨੇਜ ਕੋਈ ਈਵਨ ਦੈਨ ਇਹ ਕਾਫ਼ੀ ਹਾਲਤਾਂ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਡਰਿੰਕੇਬਲ ਵਾਟਰ ਹੈ ਜੀ। ਗ੍ਰੀਨ ਕਲਰ ਦਾ ਵਾਟਰ ਹੈ, ਤੁਸੀਂ ਦੇਖ ਰਹੇ ਹੋ ਜਿਹੜਾ ਅਸੀਂ ਇਹ ਸਾਹਮਣੇ ਤੁਹਾਨੂੰ ਦੱਸ ਰਹੇ ਹਾਂ। ਇਸ ਜਗ੍ਹਾ ਦੇ ਉੱਤੋਂ ਚੜ੍ਹਾਈ ਚੜ੍ਹਨੀ ਹੈ, ਇਸ ਜਗ੍ਹਾ ਤੋਂ ਆ ਕੇ ਜਿਹੜਾ ਦੁਬਾਰਾ ਤੋਂ ਨੱਕਾ ਜਿਹੜਾ ਉੱਤੇ ਚੜ੍ਹੇਗਾ ਛੋਟੀ ਸਟ੍ਰੀਮ ਪਾਰ ਕਰਨ ਵਾਸਤੇ। ਇੱਥੋਂ ਰਾਵੀ ਬਹੁਤ ਅੱਗੇ ਹੈ। ਹਾਂਜੀ, ਇਹ ਦੇਖੋ ਜੀ, ਉਹ ਬੈਲੂਨਸ ਜਿਹੜੇ ਪਰਲੇ ਪਾਸੇ ਤੁਹਾਨੂੰ ਲੱਗੇ ਨਜ਼ਰ ਆ ਰਹੇ ਨੇ, ਇਸੇ ਚੀਜ਼ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਕਿ ਇਸ ਜਗ੍ਹਾ ਦੇ ਉੱਤੋਂ ਦਰਬਾਰ ਸਾਹਿਬ ਕਰਤਾਰਪੁਰ ਦਾ ਜਿਹੜਾ ਲਾਂਘਾ ਉਹ ਖੁੱਲ੍ਹਣਾ, ਕਿਉਂਕਿ ਬਾਬਾ ਗੁਰੂ ਨਾਨਕ ਸਾਹਿਬ ਦੇ 599ਵੇਂ ਗੁਰੂਪੁਰਬ ਦੇ ਉੱਤੇ ਸੰਗਤਾਂ ਜਿਹੜੀਆਂ ਹੁੰਮ ਹੁਮਾ ਕੇ ਆਈਆਂ ਨੇ, ਉਹਨਾਂ ਨੂੰ ਸਿਰਫ ਇਸ ਜਗ੍ਹਾ ਵਾਸਤੇ ਦੱਸਣ ਵਾਸਤੇ ਕਿ ਲਾਂਘਾ ਜਿਹੜਾ ਕਿਸ ਪਾਸੋਂ ਜਾਣਾ ਸ਼ੁਰੂ ਹੋਏਗਾ ਔਰ ਕਿੱਥੇ ਜਾ ਕੇ ਖਤਮ ਹੋਏਗਾ। ਇਹ ਤੁਸੀਂ ਦੇਖ ਸਕਦੇ ਹੋ, ਅਸੀਂ ਉਸੇ ਰਸਤੇ ਦੇ ਉੱਤੇ ਚੱਲ ਰਹੇ ਹਾਂ। ਰੇਡੀਓ ਸਾਡੇ ਵਾਲਾ ਦੀ ਤਰਫੋਂ ਸਭ ਤੋਂ ਪਹਿਲੇ ਉਪਰਾਲਾ ਜਿਹੜਾ ਨਿਊਜ਼ੀਲੈਂਡ ਤੋਂ ਤੁਸੀਂ ਦੇਖ ਰਹੇ ਹੋ, ਆਲ ਓਵਰ ਦੀ ਵਰਲਡ ਯੂ ਕੈਨ ਸੀ। ਦੇਖੋ ਅਸੀਂ ਤੁਰ ਰਹੇ ਹਾਂ ਇਸ ਵੇਲੇ ਡੇਰਾ ਬਾਬਾ ਗੁਰੂ ਨਾਨਕ ਦੇ ਵਾਲੇ ਪਾਸੇ, ਔਰ ਸਾਡੇ ਪਿੱਛੇ ਜਿਹੜੀ ਬਿਲਡਿੰਗ ਹੈ ਦਰਬਾਰ ਸਾਹਿਬ ਕਰਤਾਰਪੁਰ, ਪਾਕਿਸਤਾਨ ਗੌਰਮੈਂਟ ਨੇ ਜਿਹੜਾ ਵਾਅਦਾ ਕੀਤਾ ਉਹ ਨਿਭਾਉਣ ਲਈ ਜਾ ਰਹੀ ਹੈ ਸਿੱਖ ਸੰਗਤ ਦੇ ਨਾਲ। ਬਹੁਤ ਰਸ਼ ਹੈ ਲੋਕਾਂ ਦਾ ਜੀ, ਲੋਕ ਦੇਖਣ ਦੇ ਖੁਆਇਸ਼ਮੰਦ ਹੈ ਕਿ ਕਿੱਥੇ ਤੱਕ ਰਸਤਾ ਜਿਹੜਾ ਉਹ ਕਲੀਅਰ ਹੋਏਗਾ, ਕਿੱਥੇ ਤੱਕ ਲੋਕ ਆਉਣਗੇ ਜਾਣਗੇ। ਬਹੁਤ ਦੂਰ ਤੱਕ ਬੈਲੂਨਸ ਲੱਗੇ ਹੋਏ ਨੇ। ਪਲੀਜ਼ ਇਸ ਵੀਡੀਓ ਨੂੰ ਤੁਸੀਂ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ। ਹਾਂਜੀ ਜੀ, ਮੈਂ ਤੁਹਾਡਾ ਆਪਣਾ ਹੋਸਟ, ਤੁਸੀਂ ਬਾਬਾ ਜੀ ਹੋ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ, ਔਰ ਮੈਂ ਕਹਾਂਗਾ ਕਿ ਫਿਰ ਇੱਕ ਵਾਰੀ ਲੱਖਾਂ ਲੱਖ ਵਧਾਈਆਂ ਪੂਰੀ ਸੰਗਤ ਨੂੰ, ਜਗਤ ਸੰਗਤ ਨੂੰ, ਕਿ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਤੋਂ ਇਹ ਜਿਸ ਰਸਤੇ ਅਸੀਂ ਖਲੋਤੇ ਹਾਂ ਕੋਰੀਡੇਰ, ਔਰ ਮਹਾਨ ਪੁਰਸ਼ ਦੀ ਜੋਤੀ ਜੋਤ ਸਮਾਨ ਦੀ ਜਗ੍ਹਾ ਜਿਹੜੀ ਹੈ ਸਾਡੇ ਪਿੱਛੇ ਹੈ, ਜੇ ਕਿ ਮੈਂ ਕਹਾਂਗਾ ਕਿ ਸਿੱਖਾਂ ਦਾ ਗੁਰੂ ਔਰ ਮੁਸਲਮਾਨਾਂ ਦਾ ਪੀਰ ਬਾਬਾ ਗੁਰੂ ਨਾਨਕ, ਉਹਨਾਂ ਦੀ ਕਬਰ ਵੀ ਇੱਥੇ ਮੌਜੂਦ ਹੈ। ਔਰ ਅਸੀਂ ਪਹਿਲੀ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾ ਚੁੱਕੇ ਹਾਂ। ਅੱਜ ਸਿਰਫ ਸਪੈਸ਼ਲੀ ਅਸੀਂ ਸੰਗਤਾਂ ਨੂੰ 8 ਘੰਟੇ ਦੀ ਡਰਾਈਵ ਕਰਕੇ ਸਿਰਫ ਔਰ ਸਿਰਫ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਾਉਣ ਲਈ ਆਏ ਹਾਂ ਕਿ ਕਿੱਥੋਂ ਸਾਡਾ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਉਹ ਸ਼ੁਰੂ ਹੋਣਾ ਔਰ ਕਿਸ ਪਾਸੇ ਜਾਣਾ। ਇਹ ਜਿਹੜਾ ਤੁਸੀਂ ਡਿਮਾਰਕੇਸ਼ਨ ਦੇਖ ਰਹੇ ਹੋ ਝੰਡੀਆਂ ਦੇ ਨਾਲ ਜਿਹੜੀ ਕੀਤੀ ਹੋਈ ਹੈ, ਇਹ ਜਿਹੜੀ ਝੰਡੇ ਲਾ ਕੇ ਰੈੱਡ ਝੰਡੇ ਜਿਹੜੇ ਨੇ ਲੱਗੇ ਨੇ, ਸਾਡੇ PM 2 ਦਿਨਾਂ ਬਾਅਦ ਆ ਕੇ ਸਟੋਨ ਲੇਡ ਬਾਏ ਰੱਖਣਗੇ, ਇੱਥੇ ਦਾ ਨੀਂਹ ਪੱਥਰ ਰੱਖਣਗੇ ਔਰ ਪੂਰੀ ਦੁਨੀਆਂ ਨੂੰ ਖੁਸ਼ਖਬਰੀ ਦੇਣਗੇ ਕਿ ਪਾਕਿਸਤਾਨ ਨੇ ਇਸ ਰੋਡ ਦਾ ਇਫਤਤਾਹ ਕਰ ਦਿੱਤਾ ਔਰ ਚੰਦ ਹਫ਼ਤਿਆਂ ਵਿੱਚ ਇਹ ਰੋਡ ਪੂਰਾ ਮੁਕੰਮਲ ਹੋ ਜਾਣਾ, ਤੁਸੀਂ ਦੇਖ ਲੈਣਾ। ਇਹ ਜੀ ਰਾਹ ਜਾਂਦਾ ਪੁਰਖਾਂ ਦੀ ਧਰਤੀ ਨੂੰ, ਗੁਰਦਾਸਪੁਰ ਨੂੰ ਵੀ ਜਾਂਦਾ ਜੀ ਔਰ ਡੇਰਾ ਬਾਬਾ ਗੁਰੂ ਨਾਨਕ ਨੂੰ ਵੀ ਜਾਂਦਾ ਜੀ। ਇਹ ਸ਼ਾਰਟਕੱਟ ਹੈ ਜੀ, ਪਹਿਲਾਂ ਜਿਹੜਾ ਰਸਤਾ ਸੀ ਉਹ ਪਰਲੇ ਪਾਸੋਂ ਦੀ ਜਾਂਦਾ ਸੀ, ਉਹ ਜਿੱਥੇ ਟ੍ਰੀਜ਼ ਨਜ਼ਰ ਆ ਰਹੇ ਇਸ ਤੋਂ ਵੀ ਅੱਗੋਂ ਜੀ ਜਿਹੜੀ ਟ੍ਰੇਨ ਦਾ ਰਾਹ ਸੀਗਾ ਡੇਰਾ ਬਾਬਾ ਗੁਰੂ ਨਾਨਕ ਤੋਂ ਜੱਸੜ, ਜੱਸੜ ਤੋਂ ਨਾਰੋਵਾਲ,
ਜਾਂ ਉਧਰੋਂ ਵਾਗੇ ਵਾਲੇ ਪਾਸੋਂ ਵੀ ਟਰੈਕ ਆਉਂਦਾ ਸੀ। ਆਹ ਦੇਖ ਲਓ ਜੀ, ਇਹ ਜਗ੍ਹਾ ਹੈ ਜੀ ਜਿੱਥੋਂ ਤੁਸੀਂ ਦਰਸ਼ਨ ਕੀਤੇ ਕਰੋਗੇ, ਆ ਕੇ ਫ੍ਰੀ ਆਫ ਕੋਸਟ, ਫ੍ਰੀ ਆਫ ਵੀਜ਼ਾ, ਕੋਈ ਵੀਜ਼ਾ ਫੀਸ ਨਹੀਂ ਹੋਏਗੀ, ਸਿਰਫ ਐਂਟਰੀ ਪੇ ਕਰੇਗੀ ਔਰ ਐਂਟਰੀ ਤੋਂ ਬਾਅਦ ਜਿਹੜਾ ਉਹ ਸੰਗਤਾਂ ਜਿਹੜੀਆਂ ਨੇ ਉਹ ਆ ਕੇ ਦਰਸ਼ਨ ਤੇ ਦੀਦਾਰੇ ਕੀਰਤਨ ਕਰਨਗੀਆਂ। ਇਹ ਸਾਹਮਣੇ ਜਿੱਥੇ ਗੱਡੀ ਖਲੋਤੀ ਹੋਈ ਹੈ, ਲਾਸਟ ਟਾਈਮ ਜਦੋਂ ਅਸੀਂ ਆਏ ਸੀ ਇਸ ਜਗ੍ਹਾ ਦੇ ਉੱਤੇ ਅਸੀਂ ਬੇੜੀ 'ਚ ਬੈਠ ਕੇ ਅਤੇ ਤੁਹਾਨੂੰ ਨਜ਼ਾਰਾ ਕਰਵਾਇਆ ਸੀ, ਇੰਨਾ ਹੜ੍ਹ ਆਇਆ ਹੋਇਆ ਸੀ ਇੱਥੇ। ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕੋਰੀਡੋਰ, ਦਰਬਾਰ ਸਾਹਿਬ ਕਰਤਾਰਪੁਰ, ਨਾਰੋਵਾਲ, ਪੰਜਾਬ, ਪਾਕਿਸਤਾਨ, ਔਰ ਮੈਂ ਹਾਂ ਤੁਹਾਡਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ। ਔਰ ਇਹ ਮੈਂ ਕਹਾਂਗਾ ਕਿ ਸਭ ਤੋਂ ਪਹਿਲਾ ਉਪਰਾਲਾ ਜਿਹੜਾ ਇਹ ਰੇਡੀਓ ਸਾਡੇ ਵਾਲਾ ਨੇ ਕੀਤਾ, ਇਸ ਤੋਂ ਪਹਿਲੇ ਹਲੇ ਤੱਕ ਇਸ ਕੋਰੀਡੋਰ ਦੇ ਮੁਤਲਕ ਲੇਟੈਸਟ ਇਨਫੋਰਮੇਸ਼ਨ, ਲੇਟੈਸਟ ਰਿਪੋਰਟ ਜਿਹੜੀ ਹੈ ਕਿਸੇ ਪਾਸੋਂ ਜਾਰੀ ਨਹੀਂ ਹੋਈ ਹੈ। ਅਤੇ ਮੈਂ ਕਹਾਂਗਾ ਤਨ ਤਨ ਲੱਖਾਂ ਮੁਬਾਰਕਾਂ ਜੀ ਪੰਜਾਬੀ ਸੰਗਤ ਨੂੰ, ਜਗਤ ਸੰਗਤ ਨੂੰ ਮੁਬਾਰਕਾਂ, ਔਰ ਪੂਰੀ ਸੰਗਤ ਨੂੰ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਹੋਵੇ। ਔਰ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋਗੇ। ਔਰ ਵੀਰ ਹਰਕਿਰਤ ਸਿੰਘ ਜੀ ਜਿਹੜੇ ਆਪਣੇ ਸਾਡੇ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਵਾਲੇ ਨੇ, ਉਹਨਾਂ ਨੂੰ ਇਹ ਚੈਰਿਟੀ ਬੇਸਡ ਰੇਡੀਓ ਦੇ ਉੱਤੇ ਫੁੱਲੀ ਸਪੋਰਟ ਕਰੋਗੇ। ਸਭਾ ਸੰਗਤਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਰੀਅਲ ਸੋਰਸਿਸ ਦੇ ਨਾਲ ਜਿਹੜਾ ਅੱਗੇ ਸ਼ੇਅਰ ਕਰਦੇ ਚਲੋ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦਰਬਾਰ ਸਾਹਿਬ ਕਰਤਾਰਪੁਰ ਤੋਂ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ, ਟਿਊਨ ਕਰੋ 87.8 ਆਕਲੈਂਡ ਨਿਊਜ਼ੀਲੈਂਡ ਦਾ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਔਰ ਦੇਖਿਆ ਜਾਣ ਵਾਲਾ ਰੇਡੀਓ ਸਟੇਸ਼ਨ ਰੇਡੀਓ ਸਾਡੇ ਵਾਲਾ। ਹੈਲੋ, ਪਲੀਜ਼ ਛੇਤੀ ਛੇਤੀ ਇਹਨੂੰ ਸ਼ੇਅਰ ਕਰਦੇ ਚਲੋ ਮੇਰਾ ਵੀਰ, ਜਲਦੀ ਜਲਦੀ ਇਹਨੂੰ ਸ਼ੇਅਰ ਕਰਦੇ ਚਲੋ, ਨਾਲੋ ਨਾਲ ਸ਼ੇਅਰ ਕਰਦੇ ਚਲੋ, ਤਾਂ ਕਿ ਜਗਤ ਸੰਗਤ ਤੱਕ ਇਹ ਮੈਸੇਜ ਜਿਹੜਾ ਉਹ ਪਹੁੰਚ ਪਾਵੇ। ਔਰ ਦਾਸ ਦੇ ਹੱਕ ਦੇ ਵਿੱਚ ਵੀ ਦੁਆ ਅਰਦਾਸ ਕਰਿਓ ਜੀ, ਔਰ ਪੂਰੀ ਟੀਮ ਜਿਹੜੀ ਹੈ ਰੇਡੀਓ ਸਾਡੇ ਵਾਲਾ ਦੀ ਜਿਹੜੀ ਹੈ ਇਸ ਮੁਬਾਰਕਬਾਦ ਦਾ ਮੁਸਤਹਿਕ ਹੈ, ਔਰ ਇਹਨਾਂ ਨੇ ਸਾਰਾ ਕੁਛ ਕੀਤਾ। ਠੀਕ ਹੈ ਜੀ, ਇਹ ਰੇਡੀਓ ਸਾਡੇ ਵਾਲਾ ਦੀ ਐਫਰਟ ਹੈ ਜੀ, ਔਰ ਇਸ ਮੈਸੇਜ ਨੂੰ ਪੂਰੀ ਦੁਨੀਆ ਤੱਕ ਜਾਣਾ ਚਾਹੀਦਾ। ਸਾਨੂੰ ਹੈਲਪਿੰਗ ਟੀਮ ਦੇ ਵਿੱਚ ਸਾਡੇ ਨਾਲ ਰਾਣਾ ਮੁਬੱਸ਼ਰ ਨੇ, ਸਾਨੂੰ ਕੈਮਰਿਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਲਾਜ਼ਮੀ ਗੱਲ ਹੈ ਅਸੀਂ ਬੇੜੀ ਕ੍ਰੋਸ ਕਰਕੇ ਫਿਰ ਜਾਂਦੇ ਹਾਂ ਇੱਥੇ ਬਹੁਤ ਜਲਦੀ ਜਦੋਂ ਪੁੱਲ ਬਣੇਗਾ ਬਗੈਰ ਬੇੜੀ ਤੋਂ ਲੋਕ ਆਇਆ ਜਾਇਆ ਕਰਨਗੇ। ਲੇਕਿਨ ਇਹ ਵੀਡੀਓ ਜਿਹੜੀ ਹੈ ਰੇਡੀਓ ਸਾਡੇ ਵਾਲਾ ਦੀ ਤਰਫੋਂ ਜਿਹੜੀ ਹੈ ਇੱਕ ਯਾਦਦਾਸ਼ਤ ਬਣ ਕੇ ਰਹਿ ਜਾਏਗੀ ਕਿ ਲੋਕ ਕਦੀ ਇਸੇ ਤਰ੍ਹਾਂ ਇੱਥੇ ਲੋਕ ਜਿਹੜੇ ਸੀ ਉਹ ਬੇੜੀਆਂ ਰਾਹੀਂ ਜਾਂਦੇ ਸਨ। ਔਰ ਮੈਂ ਕਹਾਂਗਾ ਕਿ 3 ਕਰੋੜ ਸੰਗਤ ਦੀ ਵਜ੍ਹਾ ਨਾਲ ਇਸ ਜਗ੍ਹਾ ਦੇ ਉੱਤੇ ਪੱਕੇ ਰੋਡ ਬਣਨਗੇ, ਹੁਣ ਇਸ ਜਗ੍ਹਾ ਦੇ ਉੱਤੇ ਪੁੱਲ ਖੜ੍ਹੇ ਹੋਣਗੇ ਔਰ ਲੋਕ ਇੱਕ ਦੂਜੇ ਨੂੰ ਆ ਕੇ ਮਿਲਣਗੇ ਇੱਥੇ ਆ ਕੇ ਜਿਹੜਾ ਬਾਬਾ ਗੁਰੂ ਨਾਨਕ ਸਾਹਿਬ ਦੇ ਦਰ ਦੇ ਉੱਤੇ ਆਪਣਾ ਮੱਥਾ ਟੇਕਣਗੇ। ਉਹ ਲੋਕ ਜਿਹੜੇ ਕਿ ਨਾਨਕ ਨਾਮ ਲੇਵਾ ਨੇ, ਉਹ ਲੋਕ ਜਿਹੜੇ ਕਿ ਬਾਬਾ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਨੇ, ਔਰ ਵੀਜ਼ਾ ਨਾ ਮਿਲਣ ਕਾਰਨ ਉਹ ਪਾਕਿਸਤਾਨ ਨਹੀਂ ਆ ਸਕਦੇ, ਉਹ ਆਉਣਗੇ। ਆਹ ਦੇਖ ਲਓ ਜੀ ਤੁਸੀਂ, ਮੈਂ ਬਿਲਕੁਲ 90 ਦੀ ਡਾਇਰੈਕਸ਼ਨ ਦੇ ਉੱਤੇ ਬਿਲਕੁਲ ਸੀਧ ਵਿੱਚ ਖਲੋਤਾ ਹੋਇਆ ਇਸ ਵੇਲੇ। ਅਗਰ ਇਸ ਪਾਸੇ ਮੇਰੇ ਅਗਰ ਤੁਸੀਂ ਦੇਖਦੇ ਹੋ ਉੱਤੇ ਚੱਲਦੇ ਜਾਂਦੇ ਹੋ ਕਿਲੋਮੀਟਰ ਤਕਰੀਬਨ ਕੋਈ 3.5 ਕਿਲੋਮੀਟਰ ਅੱਗੇ, ਅਤੇ ਫਿਰ ਤੁਹਾਨੂੰ ਉੱਥੇ ਜਾ ਕੇ ਮਿਲਦਾ ਗੁਰਦੁਆਰਾ ਡੇਰਾ ਬਾਬਾ ਗੁਰੂ ਨਾਨਕ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦਾ ਚੋਲਾ ਵੀ ਪਿਆ ਹੋਇਆ। ਤੁਸੀਂ ਇਹ ਦੇਖ ਲਓ ਕਿ ਫਿਲਹਾਲ ਜਿੱਦਾਂ ਟਰਾਂਸਪੋਰਟੇਸ਼ਨ ਜਿਹੜੀ ਹੈ ਉਹ ਕਿਸ ਤਰੀਕੇ ਨਾਲ, ਦੇਖੋ ਬਾਈਕ ਆ ਰਹੀ ਹੈ, ਬਾਈਕ ਲੈ ਕੇ ਆ ਰਹੇ ਨੇ, ਬਾਈਕ ਲੈ ਕੇ ਜਾਣਾ ਜਾਂ ਕੋਈ ਵੀ ਸਮਾਨ ਲੈ ਕੇ ਆਉਣਾ ਜਾਣਾ, ਜਿਹੜਾ ਇਹ ਕੋਈ 100 ਫੁੱਟ ਦਾ ਜਿਹੜਾ ਨਾਲਾ ਹੈ ਦਰਮਿਆਨ ਦੇ ਵਿੱਚ ਪੈਂਦਾ ਜਿਹਨੂੰ ਨਾਲਾ ਬਹੀ ਕਹਿੰਦੇ ਨੇ, ਉਹ ਇਸ ਤਰੀਕੇ ਨਾਲ ਪਾਰ ਕੀਤਾ ਜਾਂਦਾ।
ਇਹਦੇ ਵਿੱਚ ਅਸੀਂ ਸ਼ੁਕਰੀਆ ਅਦਾ ਕਰਾਂਗੇ ਆਪਣੀ ਵੀਕਿਊ ਟਰੱਸਟ ਬੋਰਡ ਦਾ ਵੀ, ਜਿਨ੍ਹਾਂ ਨੇ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਸਾਡੇ ਵੀਰ ਗਿਆਨੀ ਗੋਬਿੰਦ ਸਿੰਘ ਜੀ ਨੇ, ਜਿਹੜੇ ਕਿ ਇੱਥੇ ਗਿਆਨੀ ਦੀ ਡਿਊਟੀ ਸਰ ਅੰਜਾਮ ਦੇ ਰਹੇ ਨੇ। ਬਹੁਤ ਵਧੀਆ ਔਰ ਨੇਕ ਇਨਸਾਨ ਨੇ, ਇੱਥੇ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ। ਇਹਨਾਂ ਨੇ ਉਹ ਜਿਹੜੀ ਮੁਹੱਬਤ ਸੀਗੀ ਬਾਬਾ ਗੁਰੂ ਨਾਨਕ ਵਾਲੀ, ਉਹ ਅੱਜ ਵੀ ਜ਼ਿੰਦਾ ਰੱਖੀ ਹੋਈ ਹੈ। ਇਸ ਗੁਰੂ ਘਰ ਦੇ ਵਿੱਚ ਮੈਂ ਸੇਵਾ ਕਰਦੇ ਲੋਕਾਂ ਨੂੰ ਦਿਖਾਇਆ, ਜਿਹੜੇ ਕਿ ਹਿੰਦੂ ਮੁਸਲਿਮ ਸਿੱਖ ਈਵਨ ਦੈਨ ਈਸਾਈ, ਚਾਰੋਂ ਧੜੇ ਜਿਹੜੇ ਨੇ ਉਹ ਰਲ ਕੇ ਇਸ ਸਥਾਨ ਦੀ ਜਿਹੜੀ ਹੈ ਸੇਵਾ ਕਰਦੇ ਨੇ। ਕੋਈ ਲੰਗਰ ਦੀ ਸੇਵਾ ਕਰਦਾ ਤਾਂ ਕੋਈ ਇੱਥੇ ਕਹਿ ਲਵੋ ਤੁਸੀਂ ਸਫਾਈ ਦੀ ਸੇਵਾ ਕਰਦਾ, ਕੋਈ ਸਿਕਿਉਰਿਟੀ ਦੀ ਸੇਵਾ ਕਰਦਾ, ਤਾਂ ਕੋਈ ਲੰਗਰ ਪਕਾਉਣ ਦੀ ਕਰਦਾ, ਤਾਂ ਕੋਈ ਲੰਗਰ ਵਰਤਾਉਣ ਦੀ ਕਰਦਾ, ਤਾਂ ਕੋਈ ਗਿਆਨੀ ਦੀ ਡਿਊਟੀ ਕਰਦਾ। ਇਸ ਤਰ੍ਹਾਂ ਕਰਕੇ ਸਭ ਲੋਕ ਆਪਣੀ ਆਪਣੀ ਡਿਊਟੀ ਨਿਭਾ ਰਹੇ ਨੇ। ਜਿੱਦਾਂ ਕਿ ਮੈਂ ਡਿਊਟੀ ਜਿਹੜੀ ਹੈ ਰਿਪੋਰਟਿੰਗ ਦੀ ਕਰਨਾ ਵਾਂ, ਤੁਹਾਡੇ ਤੱਕ ਵੀਡੀਓਜ਼ ਲੈ ਕੇ ਆਉਣਾ ਵਾਂ, ਪਿਕਚਰਸ ਲੈ ਕੇ ਆਉਣਾ ਵਾਂ, ਉਹ ਸਾਰਾ ਕੁਝ ਤੁਹਾਨੂੰ ਦਿਖਾਉਣਾ ਵਾਂ ਮੈਂ। ਅਗੇਨ ਦਿਸ ਵੀਡੀਓ ਬਿਲੋਂਗ ਟੂ ਰੇਡੀਓ ਸਾਡੇ ਵਾਲਾ। ਪਲੀਜ਼ ਪਲੀਜ਼ ਪਲੀਜ਼, ਅਗਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਇਹਨੂੰ ਰੀਅਲ ਲਿੰਕ ਦੇ ਨਾਲ ਸ਼ੇਅਰ ਕਰਨਾ। ਪਲੀਜ਼ ਇਹਨੂੰ ਡਾਊਨਲੋਡ ਕਰਕੇ, ਕਾਪੀ ਕਰਕੇ ਆਪਣੇ ਕਿਸੇ ਵੀ ਪੇਜ ਦੇ ਉੱਤੇ, ਗਰੁੱਪ ਦੇ ਵਿੱਚ, ਕਿਸੇ ਵੀ ਜਗ੍ਹਾ ਦੇ ਉੱਤੇ, ਯੂਟਿਊਬ ਚੈਨਲ 'ਤੇ ਚਲਾਉਣਾ, ਜਿਹੜਾ ਉਹ ਜੁਰਮ ਹੈ, ਉਹ ਲੀਗਲ ਐਕਸ਼ਨ ਲਿਆ ਜਾਏਗਾ ਜੋ ਇਹ ਕੰਮ ਕਰੇਗਾ। ਲਿਹਾਜ਼ਾ ਪਲੀਜ਼ ਇਹਨੂੰ ਓਰਿਜਨਲ ਜਿਹੜੇ ਹੈ, ਮੈਂ ਕਹਾਂ ਕਿ ਇਹਨੂੰ ਓਰਿਜਨਲ ਸੋਰਸਿਸ ਦੇ ਨਾਲ, ਔਰ ਸਭ ਜਿੰਨੇ ਮੇਰੇ ਦੇਖਣ ਵਾਲੇ ਸਰੋਤੇ ਨੇ, ਜਿੰਨੇ ਵਿਊਵਰਸ ਨੇ, ਪਿਆਰ ਕਰਨ ਵਾਲੇ ਨੇ, ਸਾਰੇ ਦੇ ਸਾਰੇ ਇੱਕ ਵਾਰੀ ਸਾਰੇ ਸ਼ੁਕਰੀਆ ਅਦਾ ਕਰੋ ਰੇਡੀਓ ਸਾਡੇ ਵਾਲਾ ਦੀ ਟੀਮ ਦੇ, ਔਰ ਜਿੰਨਾ ਵੀ ਹੋ ਸਕਦਾ ਇਹਨਾਂ ਨੂੰ ਸਪੋਰਟ ਕਰੋ, ਇਹਨਾਂ ਲਈ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈ ਹੈਲਪ ਕਰੋ, ਤਾਂ ਕਿ ਇਹ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ 2 ਦਿਨ ਪਹਿਲੇ ਬਾਬਾ ਗੁਰੂ ਨਾਨਕ ਸਾਹਿਬ ਦੇ ਜਨਮ ਦਿਹਾੜ ਦੇ ਉੱਤੇ ਤੁਹਾਨੂੰ ਪੂਰਾ ਦਿਨ ਅਸੀਂ ਉੱਥੋਂ ਵੱਖੋ ਵੱਖ ਵੀਡੀਓ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੇ ਹਾਂ, ਪੇਸ਼ ਕਰਦੇ ਰਹੇ ਹਾਂ, ਤਾਂ ਕਿ ਤੁਸੀਂ ਜਿਹੜੇ ਆ ਉਹ ਸਾਰਾ ਕੁਝ ਦੇਖ ਸਕੋ, ਪਰਦੇਸਾਂ 'ਚ ਬੈਠ ਕੇ, ਆਪਣੇ ਘਰਾਂ 'ਚ ਦੇਖ ਕੇ ਬੈਠ ਕੇ, ਉਹ ਲੋਕ ਜਿਹੜੇ ਲੱਖਾਂ ਕਰੋੜਾਂ ਦੀ ਤਾਦਾਦ ਵਿੱਚ ਨੇ, ਜਿਨ੍ਹਾਂ ਲੋਕਾਂ ਨੇ ਬਿਲਕੁਲ ਵੀ ਦਰਸ਼ਨ ਔਰ ਦੀਦਾਰੇ ਨਹੀਂ ਸੀ ਕਰ ਸਕਦੇ, ਉਹਨਾਂ ਕੋਲ ਵੀਜ਼ਾ ਨਹੀਂ ਸੀ, ਅਸੀਂ ਇੱਕ ਇੱਕ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆਏ ਗੁਰੂ ਘਰ ਦੀ। ਅਸੀਂ ਤੁਹਾਨੂੰ ਨਗਰ ਕੀਰਤਨ ਨਿਕਲਣ ਤੋਂ ਲੈ ਕੇ ਨਗਰ ਕੀਰਤਨ ਖਤਮ ਹੋਣ ਤੱਕ ਸੰਗਤਾਂ ਕਿਸ ਤਰ੍ਹਾਂ ਆਈਆਂ, ਉਹਨਾਂ ਦੇ ਕੀ ਕੀ ਵਿਚਾਰ ਨੇ, ਉਹ ਸਾਰੇ ਜਿਹੜੇ ਨੇ ਤੁਹਾਡੇ ਨਾਲ ਅਸੀਂ ਸਾਂਝੇ ਕੀਤੇ। ਪਰ ਕਿਸ ਤਰ੍ਹਾਂ ਕੀਤੇ, ਸਾਡੇ ਨਾਲ ਜਿਹੜਾ ਤਾਵਨ ਸੀ, ਉਹ ਰੇਡੀਓ ਸਾਡੇ ਵਾਲਾ ਦੀ ਟੀਮ ਔਰ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਔਰ ਉਹਨਾਂ ਦੇ, ਮੈਂ ਕਹਾਂਗਾ ਸਾਰੀ ਟੀਮ ਜਿੰਨੀ ਵੀ ਹੈ, ਉਹ ਮੁਬਾਰਕਬਾਦ ਦੀ ਮੁਸਤਹਿਕ ਹੈ, ਔਰ ਉਹਨਾਂ ਨੇ ਹੀ ਇਹ ਪਿਆਰ ਮੁਹੱਬਤ ਦਾ ਜਿਹੜਾ ਇੰਨਾ ਵੱਡਾ ਚੈਨਲ ਜਿਹੜਾ ਉਹ ਚਲਾਇਆ। ਔਰ ਮੈਂ ਕਹਾਂਗਾ ਕਿ ਦੁਨੀਆਂ ਦੇ ਵਿੱਚ ਸ਼ਾਇਦ ਐਸੇ ਤਰ੍ਹਾਂ ਦੇ ਘੱਟ ਚੈਨਲ ਹੋਣਗੇ ਜਿਹੜੇ ਕਿ ਦੋਵਾਂ ਪੰਜਾਬਾਂ ਦੇ ਵਿੱਚੋਂ ਕੰਮ ਕਰਦੇ ਹੋਣ ਔਰ ਫੁੱਲੀ ਐਫਰਟ ਕਰ ਰਹੇ ਨੇ, ਫੁੱਲੀ ਐਫਰਟ ਕਰ ਰਹੇ ਨੇ ਕਿ ਦੋਵਾਂ ਪਾਸੇ ਪੀਸ ਹੋਵੇ, ਦੋਵਾਂ ਪਾਸੇ ਦੇ ਆਰਟਿਸਟ ਜਿਹੜੇ ਨੇ ਉਹ ਇਕੱਠੇ ਹੋਣ, ਦੋਵਾਂ ਪਾਸੇ ਦੇ ਜਿਹੜੇ ਨੇ ਇਹ ਰਸਤੇ ਖੁੱਲ੍ਹਣ, ਤਾਂ ਲੋਕ ਆਪਸ ਦੇ ਵਿੱਚ ਪਿਆਰ ਮੁਹੱਬਤ ਵੰਡਿਆ ਜਾਏ ਔਰ ਆਪਸ ਦੇ ਵਿੱਚ ਆ ਕੇ ਇੱਕ ਦੂਜੇ ਨੂੰ ਮਿਲਣ। ਬਹੁਤ ਸ਼ੁਕਰੀਆ ਜੀ, ਵੀਡੀਓ ਨੂੰ ਨਾਲੋ ਨਾਲ ਸ਼ੇਅਰ ਕਰਦੇ ਚੱਲੋ ਤਾਂ ਕਿ ਸਾਰੀ ਸੰਗਤ ਜਿਹੜੀ ਹੈ ਉਹ ਦੇਖਦੀ ਚੱਲੇ। ਤੁਸੀਂ ਦੇਖ ਰਹੇ ਹੋ ਦਰਬਾਰ ਸਾਹਿਬ ਕਰਤਾਰਪੁਰ ਲਾਂਘਾ, ਜਿਹਦਾ ਕਿ ਉਦਘਾਟਨ ਕਰਨ ਵਾਸਤੇ, ਜਿਹਦੀ ਕਿ ਓਪਨਿੰਗ ਕਰਨ ਵਾਸਤੇ, ਸਟੋਨ ਲੇਡ ਬਾਏ ਰੱਖਣ ਵਾਸਤੇ ਸਾਡੇ ਪ੍ਰਾਈਮ ਮਿਨਿਸਟਰ 2 ਦਿਨ ਬਾਅਦ ਜਿਹੜੇ ਨੇ ਇੱਥੇ ਆਉਣ ਵਾਲੇ ਨੇ, ਇਮਰਾਨ ਖਾਨ ਸਾਹਿਬ। ਮੈਂ ਕਹਾਂਗਾ ਕਿ ਕ੍ਰਿਕਟ ਦੋਵਾਂ ਮੁਲਕਾਂ ਦੀ, ਕਹਿੰਦੇ ਸੀ ਲੋਕ ਕਿ ਕ੍ਰਿਕਟ ਨਹੀਂ ਜਿੱਤਦੀ, ਮੈਂ ਕਹਾਂ ਕਿ ਭਾਵੇਂ ਦੋਵਾਂ ਮੁਲਕਾਂ ਦੀ ਕੋਈ ਵੀ ਟੀਮ ਜਿੱਤੇ, ਲੇਕਿਨ ਇਸ ਵਾਰੀ ਜਿਹੜੀ ਹੈ ਦੋਵਾਂ ਮੁਲਕਾਂ ਦੀ ਕ੍ਰਿਕਟ ਜਿੱਤ ਗਈ ਹੈ ਜੀ। ਦੋਵਾਂ ਮਿਲਕਾਂ ਦੀ ਅਗਰ ਕ੍ਰਿਕਟ ਜਿਹੜੀ ਹੈ ਉਹ ਜਿੱਤੀ ਹੈ, ਔਰ ਕ੍ਰਿਕਟ ਨੇ ਦੇਖੋ ਕਿੱਡਾ ਵੱਡਾ, ਲੋਕ ਕਹਿੰਦੇ ਸਨ ਕਿ ਕ੍ਰਿਕਟ ਜਿਹੜੀ ਹੈ ਬੜੀ ਬੇਫਜ਼ੂਲ ਜੀ ਗੇਮ ਹੈ ਔਰ ਇਹਦਾ ਕੋਈ ਫਾਇਦਾ ਨਹੀਂ ਹੈ। ਤੁਸੀਂ ਦੇਖ ਲਓ ਕ੍ਰਿਕਟ ਦੇ ਜੁੜੇ ਹੋਏ 2 ਦੋਸਤ ਕਿੱਥੋਂ ਕਿੱਥੇ ਲਾਏ, ਔਰ ਅਮਨ ਦਾ ਪੈਗਾਮ ਦੇਖੋ ਕਿੱਥੋਂ ਕਿੱਥੇ ਤੱਕ। ਮੈਂ ਕਹਾਂਗਾ ਜੀ ਕਿਆ ਬਾਤ ਹੈ ਜੀ, ਥੈਂਕ ਯੂ ਜੀ ਵੀਰ ਜੀ, ਸਾਰਿਆਂ ਦਾ ਬਹੁਤ ਸ਼ੁਕਰੀਆ, ਸਾਰਿਆਂ ਦਾ ਪਿਆਰ ਕਰਨ ਵਾਲਿਆਂ ਦਾ ਬਹੁਤ ਸ਼ੁਕਰੀਆ ਜੀ, ਜੋ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ। ਉਹ ਇਸ ਵੀਡੀਓ ਨੂੰ ਜਿੰਨਾ ਵੀ, ਇਹ ਵੀਡੀਓ ਤੁਹਾਡੇ ਕੋਲ ਅਮਾਨਤ ਹੈ ਜੀ, ਅਮਾਨਤ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਵਾਪਸ ਮੋੜਨਾ, ਅਤੇ ਤੁਸੀਂ ਅਗਰ ਇੱਕ ਬੰਦਾ ਵੀ ਜਿਹੜਾ ਦੇਖ ਰਿਹਾ ਹੈ ਬਾਬੇ ਗੁਰੂ ਨਾਨਕ ਦਾ ਨਾਮ ਲੈ ਕੇ, ਇਸ ਵੀਡੀਓ ਨੂੰ ਅੱਗੇ ਆਪਣੇ 10 ਦੋਸਤਾਂ ਤੱਕ ਸ਼ੇਅਰ ਕਰ ਦਵੋ, ਜਿੰਨਾ ਸ਼ੇਅਰ ਕਰੋਗੇ ਉਨਾ ਪੁੰਨੇ ਦਾ ਤੁਸੀਂ ਕੰਮ ਕਰੋਗੇ, ਉਨਾ ਨੇਕੀ ਦਾ ਕੰਮ ਕਰੋਗੇ। ਮੇਰੇ ਵੱਲੋਂ ਤੁਹਾਨੂੰ ਰਿਕੁਐਸਟ ਹੈ ਜੀ, ਪਲੀਜ਼ ਇਸ ਨੂੰ ਵੀਡੀਓ ਨੂੰ ਜਿੰਨਾ ਅੱਗੇ ਵਧਾ ਸਕਦੇ ਹੋ ਅੱਗੇ ਵਧਾਓ, ਤਾਂ ਕਿ ਪੀਸ ਦਾ ਮੈਸੇਜ ਜਿਹੜਾ ਉਹ ਜ਼ਿਆਦਾ ਦੂਰ ਤੱਕ ਜਾਵੇ, ਮੁਹੱਬਤ ਦਾ ਮੈਸੇਜ ਜਿਹੜਾ ਉਹ ਜ਼ਿਆਦਾ ਦੂਰ ਤੱਕ ਜਾਏ, ਜਿਹੜਾ ਉਪਰਾਲਾ ਕਰ ਰਹੀ ਹੈ ਰੇਡੀਓ ਸਾਡੇ ਵਾਲਾ ਦੀ ਟੀਮ। ਔਰ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਦੇ ਤੋਂ, ਮੈਂ ਕਹਾਂ ਸਭ ਤੋਂ ਜ਼ਿਆਦਾ ਦੇਖਿਆ ਔਰ ਸੁਣਿਆ ਜਾਣ ਵਾਲਾ ਰੇਡੀਓ ਹੈ ਜੀ। ਅਤੇ ਫਿਰ ਉਮੀਦ ਕਰਦਾ ਹਾਂ ਕਿ ਅੱਜ ਦੀ ਇਹ ਐਪੀਸੋਡ ਜਿਹੜੀ ਹੈ ਅਚਾਨਕ ਧਮਾਕੇਦਾਰ ਜਿਹੜੀ ਅਸੀਂ
ਤੁਹਾਨੂੰ ਦਿਖਾਈ ਹੈ, ਤੁਹਾਨੂੰ ਜ਼ਰੂਰ ਪਸੰਦ ਆਇਆ, ਤੁਸੀਂ ਇਸ ਬਾਰੇ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ। ਔਰ ਇਸ ਬਾਰੇ ਤੁਸੀਂ ਵੀਰ ਹਰਕਿਰਤ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਤੁਸੀਂ ਜ਼ਰੂਰ ਇਹ ਲਿਖਣਾ ਔਰ ਦੱਸਣਾ ਹੈ ਉਹਨਾਂ ਨੂੰ ਕਿ ਵੀ ਉਹਨਾਂ ਦੀ ਇਹ ਵਾਲੀ ਐਫਰਟ ਜਿਹੜੀ ਹੈ ਗੁਰੂਪੁਰਬ ਵਾਲੀ ਔਰ ਦਰਬਾਰ ਸਾਹਿਬ ਕਰਤਾਰਪੁਰ ਵਾਲੀ ਜਿਹੜੀ ਕਿ ਬਿਨਾਂ ਦੱਸਿਆਂ ਤੁਹਾਨੂੰ ਅਸੀਂ ਅਚਾਨਕ ਹੀ ਕਹਿੰਦੇ ਨੇ ਕਿ ਉਹ ਆ ਗਿਆ ਠਾਹ ਕਰਕੇ, ਅਤੇ ਇੱਦਾਂ ਕਰਕੇ ਅਸੀਂ ਤੁਹਾਨੂੰ ਸਾਰੀ ਜਿਹੜੀ ਹੈ ਇੱਥੇ ਦੇ ਦਰਸ਼ਨ ਦੀਦਾਰੇ ਕਰਾਏ। ਔਰ ਇੱਥੇ ਦਾ ਇਸ ਵੇਲੇ ਕੀ ਹਾਲ ਹੈ, ਹੁਣ ਹੁਣੇ ਵੀ ਵੀ ਆਈ ਪੀਸ ਜਿਹੜੀਆਂ ਗੱਡੀਆਂ ਨੇ ਉਹ ਗਈਆਂ ਨੇ, ਸਾਡੀ ਸੰਗਤ ਜਿਹੜੀ ਆਈ ਹੋਈ ਸੀ ਉਹਨਾਂ ਨੂੰ ਫੁੱਲੀ ਸਿਕਿਉਰਿਟੀ ਦੇ ਵਿੱਚ ਹੁਣੇ ਮੂਵ ਕੀਤੀਆਂ ਨੇ, ਅਤੇ ਅਸੀਂ ਉਹਨਾਂ ਦਾ ਵੇਟ ਕਰ ਰਹੇ ਸੀ ਜਿਸ ਵੇਲੇ ਸੰਗਤ ਜਾਏਗੀ, ਤਾਂ ਕਿ ਹਾਈਲੀ ਸਿਕਿਉਰ ਪ੍ਰੋਟੈਕਸ਼ਨ ਹੁੰਦੀ ਹੈ ਜਦੋਂ ਸੰਗਤ ਇੱਥੇ ਆਉਂਦੀ ਹੈ, ਅਤੇ ਜਦੋਂ ਸੰਗਤ ਇੱਥੋਂ ਜਾਂਦੀ ਹੈ ਫਿਰ ਹੀ ਅਸੀਂ ਆਪਣਾ ਕੰਮ ਕਰ ਸਕਦੇ ਹਾਂ, ਵਰਨਾ ਡਿਊਰਿੰਗ ਕੰਮ ਕਰਨਾ ਰੁਕਾਵਟ ਹੁੰਦੀ ਹੈ। ਅਸੀਂ 2-3 ਘੰਟਿਆਂ ਤੋਂ ਵੇਟ ਕਰ ਰਹੇ ਸੀ, ਅਤੇ ਤੁਸੀਂ ਦੇਖੋ ਪਿੱਛੇ ਤੁਹਾਨੂੰ ਦਰਸ਼ਨ ਔਰ ਦੀਦਾਰ ਕਰੋ ਜੀ ਦਰਬਾਰ ਸਾਹਿਬ ਕਰਤਾਰਪੁਰ, ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18.5 ਸਾਲ ਗੁਜ਼ਾਰੇ, ਚੌਥੀ ਉਦਾਸੀ ਤੋਂ ਬਾਅਦ ਆ ਕੇ ਇਸ ਜਗ੍ਹਾ ਤੋਂ ਅੱਗੇ ਕਿਤੇ ਮੂਵ ਨਹੀਂ ਕੀਤੇ ਬਾਬਾ ਜੀ, ਔਰ ਹੱਤੀ ਵਾਹੀ ਬੀਜੀ ਕੀਤੀ, ਇੱਥੇ ਕਿਰਤ ਕੀਤੀ। ਮੈਨੂੰ ਕਈ ਵਾਰੀ ਉਹ ਗਾਣਾ ਜਾਂ ਯਾਦ ਆ ਜਾਂਦਾ ਜਿਹਦੇ 'ਚ ਕਹਿੰਦੇ ਜੀ ਬਾਬਾ ਬੱਕਰੀਆਂ ਚਰਾਉਂਦਾ ਦਿਸਦਾ, ਬਾਬਾ ਪਾਣੀ ਲਾਉਂਦਾ ਦਿਸਦਾ ਜੀ। ਇਸ ਸਟ੍ਰੀਮ ਤੋਂ ਅੱਗੇ, ਇਸ ਨਾਲੇ ਤੋਂ ਅੱਗੇ ਹੀ ਉਹ ਜਗ੍ਹਾ ਹੈ ਜਿੱਥੇ ਕਿ ਤੁਹਾਨੂੰ ਉਹ ਖੇਤ ਜਿਹੜੇ ਨਜ਼ਰ ਆ ਰਹੇ ਨੇ, ਐਸੀ ਜਗ੍ਹਾ ਦੇ ਉੱਤੇ ਬਾਬੇ ਨੇ ਬੱਕਰੀਆਂ ਚਰਾਈਆਂ, ਐਸੀ ਜਗ੍ਹਾ 'ਤੇ ਬਾਬਾ ਜੀ ਨੇ ਆਪਣੇ ਖੇਤਾਂ ਨੂੰ ਪਾਣੀ ਦਿੱਤਾ, ਔਰ ਸਾਰਾ ਕੁਛ ਦੁਨੀਆਂ ਨੂੰ ਕਰਕੇ ਦਿਖਾਇਆ ਕਿ ਵੀ ਉਦਾਸੀ ਜਿਹੜੀ ਹੈ ਠੀਕ ਹੈ, ਇੱਕ ਵਕਤ ਸੀ ਉਹ ਗੁਜ਼ਰ ਗਿਆ, ਉਸ ਤੋਂ ਬਾਅਦ ਉਹਨਾਂ ਨੇ ਉਦਾਸੀ ਤੋਂ ਮਨਾ ਕਰ ਦਿੱਤਾ, ਔਰ ਉਦਾਸੀ ਤੋਂ ਬਾਅਦ ਆ ਕੇ ਉਹਨਾਂ ਨੇ 3 ਆਰਡਰ ਜਿਹੜੇ ਸਨ ਉਹ ਐਸੇ ਜਗ੍ਹਾ ਦੇ ਉੱਤੇ ਦਿੱਤੇ। ਔਰ ਇੱਥੇ ਹਾਲੇ ਤੱਕ ਮੈਂ ਕਹਾਂਗਾ ਕਿ ਇਹ ਅਗਰ ਗੁਰਦੁਆਰੇ ਨੂੰ ਦੇਖਿਆ ਜਾਏ ਜਿਹੜਾ ਸਟਰਕਚਰ ਨਜ਼ਰ ਆ ਰਿਹਾ, ਇਹ ਮਹਾਰਾਜਾ ਭੁਪਿੰਦਰਾ ਦੀ ਸੇਵਾ ਹੈ ਜੀ। ਔਰ ਉਸ ਤੋਂ ਬਾਅਦ ਮੈਂ ਕਹਾਂਗਾ ਕਿ ਤਕਰੀਬਨ ਕੋਈ 16-17 ਸਾਲ ਹੋ ਗਏ ਨੇ ਇਸ ਗੁਰੂ ਘਰ ਨੂੰ ਪੂਰਾ ਮੁਕੰਮਲ ਆਬਾਦ ਕੀਤਾ ਹੋਇਆ। ਗੌਰਮੈਂਟ ਆਫ ਪਾਕਿਸਤਾਨ, ਵੀ ਕਿਊ ਟਰੱਸਟ ਬੋਰਡ ਔਰ ਗੌਰਮੈਂਟ ਆਫ ਪੰਜਾਬ, ਗੌਰਮੈਂਟ ਆਫ ਪਾਕਿਸਤਾਨ ਨੇ ਇਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਲੋਕਾਂ ਨੂੰ ਇੱਥੇ ਤੱਕ ਰਸਾਈ ਦਿੱਤੀ ਹੈ। ਲੋਕ ਆਉਂਦੇ ਨੇ, ਲੋਕ ਦੇਖਦੇ ਨੇ, ਲੋਕ ਪਿਆਰ ਵਧਾਉਂਦੇ ਨੇ, ਔਰ ਇੱਥੇ ਦੀ ਜਾ ਕੇ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਇੱਥੇ ਜਿਹੜਾ ਲੰਗਰ ਪੱਕਦਾ, ਇੱਥੇ ਚੌਲ ਇੱਥੇ ਉਗਾਏ ਜਾਂਦੇ ਨੇ, ਕਣਕ ਇੱਥੇ ਉਗਾਈ ਜਾਂਦੀ ਹੈ, ਅਮਰੂਦਾਂ ਦੇ ਬਾਗ ਇੱਥੇ ਲੱਗੇ ਹੋਏ, ਮਾਲਟਿਆਂ ਦੇ ਬਾਗ ਇੱਥੇ ਲੱਗੇ ਹੋਏ ਆ, ਕਿਚਨ ਗਾਰਡਨ ਇੱਥੇ ਲਾਇਆ ਹੋਇਆ, ਲਿਹਾਜ਼ਾ ਇੱਥੇ ਦੀ ਸਬਜ਼ੀ, ਇੱਥੇ ਦੀ ਦਾਲ, ਇੱਥੇ ਦੀ ਰੋਟੀ, ਇੱਥੇ ਦਾ ਸਾਰਾ ਕੁਛ ਜਿਹੜਾ ਸੰਗਤਾਂ ਨੂੰ ਇਹ ਲਾਗੇ ਲਾਗੇ ਦੀ ਜਿਹੜੀ ਜਗ੍ਹਾ ਹੈ ਸਾਰੀ ਤਮਾਮ ਗੁਰਦੁਆਰਾ ਸਾਹਿਬ ਦੇ ਨਾਮ ਦੇ ਉੱਤੇ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੱਡੀ ਜਗੀਰ ਜਿਹੜੀ ਸੀ ਇਸ ਗੁਰਦੁਆਰੇ ਦੇ ਨਾਮ ਰੱਖੀ ਸੀ, ਅਤੇ ਮੈਂ ਕਹਾਂਗਾ ਕਿ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ। ਮੈਂ ਇਹੀ ਆਵਾਜ਼ ਦੇਵਾਂਗਾ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਸਭ ਦਾ ਭਲਾ ਮੰਗਿਆ ਸੀ, ਔਰ ਸਾਨੂੰ ਵੀ ਚਾਹੀਦਾ ਕਿ ਅਸੀਂ ਇੱਕ ਦੂਸਰੇ ਦਾ ਔਰ ਸਭ ਦਾ ਦੁਨੀਆਂ ਦੇ ਉੱਤੇ ਰਹਿੰਦੀ ਦੁਨੀਆਂ ਤੱਕ ਜਿਹੜਾ ਉਹ ਭਲਾ ਮੰਗੀਏ, ਔਰ ਅਸੀਂ ਚੰਗਾ ਹੀ ਸੋਚੀਏ, ਅਤੇ ਦੋਵਾਂ ਪਾਸੇ ਸਕੂਨ ਰਹੇ, ਅਮਨ ਰਹੇ, ਮੁਹੱਬਤ ਰਹੇ, ਔਰ ਇਹ ਮੁਹੱਬਤ ਜਿਹੜੀ ਹੈ ਇਸੇ ਤਰ੍ਹਾਂ ਹੀ ਵੱਧਦੀ ਰਹੇ। ਅਤੇ ਮੈਂ ਕਹਾਂਗਾ ਕਿ ਸਾਰੇ ਦੋਸਤ ਜਿਹੜੇ ਹੈ ਇੱਕ ਵਾਰੀ ਰੇਡੀਓ ਸਾਡੇ ਵਾਲਾ ਦੀ ਟੀਮ ਜਿਹੜੀ ਹੈ ਉਹਦਾ ਤਹਿ ਦਿਲ ਤੋਂ ਸ਼ੁਕਰਾਨਾ ਕਰ ਦਿਓ, ਉਹਨਾਂ ਦਾ ਸ਼ੁਕਰੀਆ ਅਦਾ ਕਰ ਦਿਓ। ਔਰ ਚੈਰਿਟੀ ਬੇਸਡ ਰੇਡੀਓ ਹੈ, ਇਹਨਾਂ ਨੂੰ ਕੋਈ ਫੰਡਿੰਗ ਨਹੀਂ ਹੈਗੀ, ਇਹਨਾਂ ਕੋਲ ਕੋਈ ਪ੍ਰੋਪਰਟੀ ਨਹੀਂ ਹੈਗੀ ਇਸ ਰੇਡੀਓ ਦੇ ਨਾਮ ਦੇ ਉੱਤੇ ਜਿਹੜੀ ਕਿ ਵੀ ਇੰਨਾ ਵੱਡਾ ਜਿਹੜਾ ਉਪਰਾਲਾ ਕਰ ਰਹੇ ਨੇ। ਇਹ ਸਭ ਦੋਸਤ ਮਿਲ ਕੇ ਆਪਸ ਦੇ ਵਿੱਚ ਹੀ ਮੈਂ ਕਹਾਂਗਾ ਕਿ ਕਰਦੇ ਨੇ, ਅਤੇ ਇਸ ਵਾਸਤੇ ਪਲੀਜ਼ ਤੁਸੀਂ ਸਾਰੇ ਵੀਰ ਜਿਹੜੇ ਨੇ ਰੇਡੀਓ ਸਾਡੇ ਵਾਲਾ ਦੀ ਟੀਮ ਦਾ ਜਿਹੜਾ ਸ਼ੁਕਰਾਨਾ ਉਹ ਲਾਜ਼ਮੀ ਕਰਨਾ ਔਰ ਭੁੱਲਣਾ ਨਾ। ਠੀਕ ਹੈ ਜੀ, ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 ਆਕਲੈਂਡ ਨਿਊਜ਼ੀਲੈਂਡ ਤੋਂ ਸਭ ਤੋਂ ਜ਼ਿਆਦਾ ਸੁਣਿਆ ਜਾਣ ਵਾਲਾ ਰੇਡੀਓ ਸਟੇਸ਼ਨ, ਹੁਣ ਤੋਂ ਦੇਖਿਆ ਜਾਣ ਵਾਲਾ ਵੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਰਿਕਾਰਡ ਵੀਡੀਓਜ਼ ਦੇਖੀਆਂ ਨੇ, ਉਮੀਦ ਕਰਦਾ ਹਾਂ ਕਿ ਬਾਬਾ ਨਾਨਕ ਦੇ ਨਾਮ ਦੇ ਤੁਸੀਂ ਇਸ ਵੀਡੀਓ ਨੂੰ ਜਿਹੜਾ ਉਹ ਘੱਟੋ ਘੱਟ 1 ਕਰੋੜ ਵਾਰੀ ਸ਼ੇਅਰ ਕਰਨਾ, ਘੱਟੋ ਘੱਟ ਪਤਾ ਲੱਗੇ ਦੁਨੀਆਂ ਨੂੰ ਕਿ ਵੀ ਇਹ ਪੀਸ ਦਾ ਮੈਸੇਜ ਕਿੰਨਾ ਕੁ ਸਟਰੋਂਗ ਹੈ ਪੰਜਾਬੀਆਂ ਦਾ। 9 ਕਰੋੜ ਪੰਜਾਬੀ ਜਿਹੜੇ ਨੇ ਪਾਕਿਸਤਾਨ 'ਚ ਨੇ, 3 ਕਰੋੜ ਜਿਹੜੇ ਨੇ ਪੂਰੀ ਦੁਨੀਆਂ 'ਚ ਫੈਲੇ ਹੋਏ ਨੇ, 12 ਕਰੋੜ ਨੇ, ਅਤੇ 12 ਕਰੋੜ 'ਚੋਂ 1 ਕਰੋੜ 'ਤੇ ਇਹਨੂੰ ਸਪਰੈਡ ਕਰ ਸਕਦਾ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ। ਜਿਹੜੇ ਲੋਕ ਪੀਰ ਮੰਨਦੇ ਨੇ, ਜਿਹੜੇ ਲੋਕ ਆਪਣੇ ਗੁਰੂ ਮੰਨਦੇ ਨੇ, ਉਹ ਇਸ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਕਰ ਦਿਉ, ਔਰ ਨਾਲ ਹੀ ਨਾਲ ਥੈਂਕਸ ਜ਼ਰੂਰ ਕਰੋ, ਔਰ ਸਾਡੀ ਟੀਮ ਜਿਹੜੀ ਹੈ ਉਹਨੂੰ ਸਪੋਰਟ ਕਰੋ। ਰੱਬ ਰਾਖਾ ਜੀ।